ਰਸਤੇ 'ਚ ਨਾ ਬੜੇ ਨਿੱਕੇ ਨਿੱਕੇ ਕਾਰੋਬਾਰੀ ਵੀ ਜਿਹੜੇ ਨਾ ਉਹ ਤੁਸੀਂ ਲੱਭਦੇ, ਜਿਹੜੇ ਫਰੂਟਿਆਂ ਦੀ ਰੇੜੀਆਂ ਲਾਏ ਰਹੀ ਹੁੰਦੀਆਂ, ਜਿਹੜੇ ਕੁਲਚੇ ਵਾਲੇ ਖਲੋਤੇ ਦੇ ਨੇ, ਗੋਲ ਗੱਪੇ ਵਾਲੇ ਖਲੋਤੇ ਦੇ ਨੇ, ਹੋਰ ਵੀ ਬਥੇਰੇ ਨਿੱਕੇ ਨਿੱਕੇ ਕਾਰੋਬਾਰੀ ਲੋਕ ਨੇ, ਇਹਦੇ ਕੋਲ ਵੀ ਜਾਈਏ, ਚਾਰ ਪੈਸੇ ਖਰਚ ਲਾਇਓ, ਕਿਉਂਕਿ ਜੇ ਅਸ ਆਪਣੇ ਚਾਰ ਪੈਸੇ ਇਹਨੇ ਕੀ ਦੇਗੇ ਤਾਂ ਇਹਦਾ ਘਰ ਜਿਹੜਾ ਔਰ ਇਹਦੇ ਘਰ ਦੇ ਬੱਚੇ ਜਿਹੜੇ ਨੇ ਉਹ ਉੱਥੋਂ ਅੱਗੇ ਪੜ੍ਹਾਈਆਂ ਵੀ ਕਰਦੇ ਨੇ, ਤਾਂ ਉੱਥੋਂ ਅੱਗੇ ਰੋਜ਼ੀ ਰੋਟੀ ਜਿਹੜੀ ਆ ਉਹਦੀ ਚੱਲਦੀ ਹੈ। ਅਤੇ ਆਓ ਪ੍ਰਗਿਆ ਸਲੋਤਰਾ, ਸਿੱਧੀ ਲਕੀਰ ਉੱਪਰ ਤੁਸੀਂ ਸਾਰੇ ਲੋਕਾਂ ਦਾ ਮਾਤਾ ਮਾਤਾ ਮਲਾਰ ਕਰਨੀ ਆ, ਤੋ ਸੋਚਾ ਰਹੇ ਅੱਜ ਪ੍ਰਗਿਆ ਤਾਂ ਛੁੱਟੀ ਉੱਪਰ ਹੈ, ਸ਼ਾਇਦ ਝੂਲੇ ਉੱਪਰ ਬੈਠੀ ਦੀ ਮਜ਼ੇ ਲੈ ਦੀ ਹੈ। ਹਾਂ, ਛੁੱਟੀ ਉੱਪਰ ਨਹੀਂ ਆ ਕੀ ਸਕਦੀ, ਪਰ ਹਾਂ ਘੁੰਮਣ ਫਿਰਨ ਤਾਂ ਹੀ ਨਿਕਲੀ ਦੀ ਹਾਂ, ਔਰ ਮੈਂ ਚਾਹੁੰਦੀ ਕਿ ਮੇਰੇ ਕੰਨੇ ਕੰਨੇ ਮੇਰੇ ਹੋਰ ਵੀ ਲੋਕ ਜਿਹੜੇ ਮੇਰੇ ਭੈਣ ਭਰਾ ਨੇ ਜਾਂ ਜਿਹੜੇ ਵੀ ਸਾਡੇ ਫੋਲੋਅਰਸ ਨੇ ਜਿਹੜੇ ਸਾਨੂੰ ਦਿਖਦੇ ਨੇ, ਮੌਸਮ ਬੜਾ ਸ਼ੈਲ ਹੈ, ਕੀ ਨਾ ਇਸ ਮੌਸਮ ਦਾ ਜਿਹੜਾ ਉਹ ਪੂਰਾ ਪੂਰਾ ਫਾਇਦਾ ਚੁੱਕੇ ਜਾਏ, ਆਪਣੇ ਟੱਬਰ ਕੰਨੇ ਜਿਹੜਾ ਥੋੜ੍ਹਾ ਪਹਾੜੀ ਇਲਾਕੇ ਵਾਲੀ ਬੱਖੀ ਆਓ। ਹਾਂ, ਇਹਦਾ ਇਸ ਗੱਲ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਕਿ ਜਿੱਥੇ ਮੌਸਮ ਜ਼ਿਆਦਾ ਖਰਾਬ ਹੈ, ਜਿਵੇਂ ਕਿ ਧਰਮਸ਼ਾਲਾ ਵਾਲੀ ਬੱਖੀ ਦੀ ਜੇ ਮੈਂ ਗੱਲ ਕਰਾਂ ਤਾਂ ਪਿੱਛੇ ਜਿਹੇ ਅਸੀਂ ਦੇਖਿਆ ਕਿ ਉੱਥੇ ਹਾਲਾਤ ਜਿਹੜੇ ਇਸ ਵੇਲੇ ਠੀਕ ਨਹੀਂ ਹੈ, ਨਹੀਂ ਜਾਣਾ ਚਾਹ ਰਿਹਾ, ਪਰ ਹਾਂ ਇਹੋ ਟਾਈਮ ਹੁੰਦਾ ਟੱਬਰ ਕੰਨੇ ਬਾਹਰ ਨਿਕਲੋ, ਦੋਸਤਿਆਂ ਕੰਨੇ ਬਾਹਰ ਨਿਕਲੋ, ਘੁੰਮੋ ਫਿਰੋ, ਔਰ ਇਹੋ ਜਿਹੇ ਮੌਸਮ ਦਾ ਜਿਹੜਾ ਉਹ ਪੂਰਾ ਪੂਰਾ ਨਜ਼ਾਰਾ ਜਿਹੜਾ ਉਹ ਤੁਸੀਂ ਲਾਓ। ਤੁਸੀਂ ਦਿਖ ਹੀ ਸਕਦੇ ਹੋ ਇਸ ਵੇਲੇ ਕੱਖ ਨਹੀਂ ਲੱਭਾ ਰਿਹਾ ਧੁੰਦ ਦੇ ਇਲਾਵਾ, ਇੰਨੀ ਧੁੰਦ ਪੈ ਰਹੀ ਹੈ, ਇੰਨਾ ਠੰਡਾ ਮੌਸਮ ਹੈ। ਜੇ ਮੈਂ ਸ਼ਹਿਰ ਵਾਲੀ ਗੱਲ ਕਰਾਂ ਕਿ ਜਿਵੇਂ ਤੁਸੀਂ ਪਤਾ ਹੈ ਕਿ ਇਸ ਵੇਲੇ ਮੈਂ ਜਲੰਧਰ ਹੁੰਦੀ ਅਤੇ ਜਲੰਧਰ 'ਚ ਅੱਗ ਗਰਮੀ ਪਵਾ ਦੀ ਹੈ, ਲੂ ਪਵਾ ਦੀ ਹੈ, ਘਰੋਂ ਬਾਹਰ ਜਿਹੜਾ ਉਹ ਨਿਕਲਣ ਦੇ ਕੋਈ ਚਾਂਸ ਹੀ ਨਹੀਂ ਹੁੰਦਾ, ਹਿੰਮਤ ਹੀ ਨਹੀਂ ਹੁੰਦੀ ਹੈ ਘਰੋਂ ਬਾਹਰ ਨਿਕਲਣ ਦੀ। ਪਰ ਇਸ ਵੇਲੇ ਮੈਂ ਤੁਸੀਂ ਕੀ ਸੁਣਿਆ, ਮੈਂ ਆਈ ਦੀ ਹਾਂ ਜੰਗੇਸ਼ੂ ਇਲਾਕੇ 'ਚ, ਚੰਡੀਗੜ੍ਹ ਤੋਂ 40 ਕਿਲੋਮੀਟਰ ਦੂਰ ਜਿਹੜਾ ਇਹ ਇਲਾਕਾ, ਔਰ ਇੰਨਾ ਸੋਹਣਾ ਇਲਾਕਾ ਹੈ, ਠੰਡੀ ਠੰਡੀ ਹਵਾ ਚਲਾ ਰਹੀ ਹੈ, ਧੁੰਦ ਜਿਹੜੀ ਆ ਉਹ ਪੈ ਰਹੀ ਹੈ, ਠੰਡ ਨਹੀਂ ਲੱਗਾ ਦੀ ਹੈ। ਹਾਂ, ਇਹ ਗਰਮੀਆਂ 'ਚ ਤੁਸੀਂ ਆਰਾਮ ਕੰਨੇ ਜਿਹੜਾ ਉਹ ਆਪਣੇ ਟੱਬਰ ਕੰਨੇ ਆ ਸਕਦੇ ਹੋ, ਤੁਸੀਂ ਇਲਾਕਾ ਦੇਖੀ ਸਕਦੇ ਹੋ ਕਿ ਕਿੰਨਾ ਸੋਹਣਾ ਹੈ, ਧੁੰਦ ਪੈ ਰਹੀ ਹੈ, ਪੱਤੇ ਜਿਹੜੇ ਨੇ ਉਹ ਇਸ ਵੇਲੇ ਤੁਸੀਂ ਕਿ ਲੱਭਾ ਦੇ ਹੋਣੇ ਨੇ, ਮਾੜੀ ਮੁੱਟੀ ਜਿਹੀ ਵਰਖਾ ਜਿਹੜੀ ਮੈਂ ਆਖੀ ਸਕਦੀ ਕਿ ਪਵਾ ਦੀ, ਕਣੀਆਂ ਆਖੀ ਸਕਦੀ, ਵਰਖਾ ਵੀ ਨਹੀਂ ਪਵਾ ਦੀ ਹੈ, ਕਣੀਆਂ ਪਵਾ ਦੀਆਂ ਨੇ, ਅਤੇ ਬੜੀ ਸ਼ੈਲ ਜਗ੍ਹਾ ਹੈ। ਅਤੇ ਮੈਂ ਇਹੋ ਆਖਗੀ ਤੁਸੀਂ ਸਾਰੇ ਲੋਕਾਂ ਗੀ ਕਿ ਇਹੋ ਮੌਕੇ ਹੁੰਦੇ ਨੇ ਘਰੋਂ ਬਾਹਰ ਨਿਕਲਦੀ, ਕਿਉਂਕਿ ਅੱਗ ਗਰਮੀ ਹੈ, ਥੋੜ੍ਹਾ ਜਿਹਾ ਆਪਣੇ ਸ਼ਹਿਰਾਂ ਤੋਂ ਬਾਹਰ ਨਿਕਲੋ, ਪਹਾੜੀ ਇਲਾਕੇ ਜਿਹੜੇ ਆਓ, ਕਿਉਂਕਿ ਇੱਥੇ ਸਾਨੂੰ ਇਹ ਦਿਖਣੇ ਕੀ ਹੁੰਦਾ ਕਿ ਇੱਥੇ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੈ, ਗੱਡੀਆਂ ਦਾ ਧੂੰਆਂ ਨਹੀਂ ਹੈ, ਇੰਨਾ ਹੈ ਜਿਹੜਾ ਪੌਂ ਪੌਂ ਸੁੰਦਰ ਉਹਨਾਂ ਨੇ ਆਪਣੇ ਸ਼ਹਿਰਾਂ 'ਚ, ਉਹ ਜਿਹੜੀ ਚੀਜ਼ਾਂ ਜਿਹੜੀ ਇੱਥੇ ਨਹੀਂ ਦਿਖਣੇ ਕੀ ਹੁੰਦੀ, ਇੱਥੇ ਕੀ ਦਿਖਣੇ ਕੀ ਹੁੰਦਾ, ਸੰਨਾਟਾ ਪੈ ਰਿਹਾ ਹੁੰਦਾ, ਠੰਡੀ ਠੰਡੀ ਹਵਾ ਝੁੱਲਾ ਦੀ ਹੈ, ਬੂਟੇ ਲਾ ਦੇਣਾ, ਉੱਚੇ ਉੱਚੇ ਪਹਾੜ ਨੇ ਸੈਲੇ, ਅਤੇ ਕੰਨੇ ਜੇ ਦਰਿਆ ਵਗੈਰਾ ਹੋ ਤਾਂ ਦਰਿਆ ਦੀ ਇੰਨੀ ਸੋਹਣੀ ਆਵਾਜ਼ ਜਿਹੜੀ ਆ ਉਹ ਆ ਰਹੀ ਹੁੰਦੀ ਹੈ, ਕੋਈ ਆਖਣੇ ਦਾ ਹਿਸਾਬ ਨਹੀਂ। ਅਤੇ ਮੈਂ ਇਹੋ ਆਖਗੀ ਜਿੰਨੇ ਵੀ ਲੋਕ ਮੈਂ ਦਿਖਾ ਦੇਣਾ, ਜੁੱਲੇ ਵੀ ਕਰੂੰਗਾ ਤੁਸੀਂ ਬਾਹਰ ਨਿਕਲਦੇ ਹੋ, ਕਿਤੇ ਵੀ ਜਾਣ ਵਾਲੀ ਵੱਖੀ ਤੁਸੀਂ ਸੋਚਦੇ ਹੋ, ਪਲਾਨ ਕਰੋ ਪ੍ਰੋਪਰ ਅੱਛੇ ਤਰੀਕੇ ਕਨੇ, 10 ਵਾਰੀ ਪਤਾ ਕਰਾਓ ਕਿ ਸਭ ਕੁਛ ਕੰਡੀਸ਼ਨ ਠੀਕ ਹੈ ਕਿ ਨਹੀਂ ਹੈ, ਔਰ ਜਦੋਂ ਬਾਹਰ ਨਿਕਲਦੇ ਹੋ ਟੱਬਰ ਕੰਨੇ ਜਾਂ ਦੋਸਤ ਕਹਿੰਦੇ ਮਾਸਕ ਜਿਹੜਾ ਉਹ ਲਈਏ ਫਿਰੋ, ਕਿਉਂਕਿ ਜੇ ਮੈਂ ਹਿਮਾਚਲ 'ਚ ਹਾਂ ਇਸ ਵੇਲੇ ਤਾਂ ਮੈਂ ਤੁਸੀਂ ਕੀ ਸੁਣਾ ਕਿ ਇੱਥੇ ਜਗ੍ਹਾ ਜਗ੍ਹਾ ਜਿਹੜੀ ਉਹ ਚੈਕਿੰਗ ਹੋ ਰਹੀ, ਜੇ ਮਾਸਕ ਤੁਹਾਡੀ ਠੁੱਡੀ ਤੋਂ ਖੱਲ ਉਤਰੇ ਦਾ ਹੋ ਤਾਂ ਤੁਹਾਡਾ ਚਲਾਨ ਜਿਹੜਾ ਉਹ ਝੱਟ ਹੋ ਹੀ ਆਉਣਾ। ਊਂ ਤੋਂ ਸੋਚ ਰਹੇ ਨੇ ਕਿ ਪ੍ਰਗਿਆ ਜੀ ਤੁਹਾਡਾ ਮਾਸਕ ਤਾਂ ਉਤਰਾ, ਤਾਂ ਮੈਂ ਤੁਸੀਂ ਕੀ ਸੁਣਾ, ਮੈਂ ਇਸ ਵੇਲੇ ਇੱਕ ਹੋਟਲ, ਇੱਕ ਪੈਰਾਡਾਈਜ਼ ਵੈਲੀ ਨਾਂ ਦਾ ਇੱਕ ਹੋਟਲ ਹੈ, ਉੱਥੇ ਮੈਂ ਬੈਠੀ ਨਹੀਂ ਇਸ ਵੇਲੇ, ਔਰ ਉੱਥੋਂ ਦਾ ਨਜ਼ਾਰਾ ਜਿਹੜਾ ਮੈਂ ਤੁਸੀਂ ਕੀ ਦੱਸਾਂ ਨਹੀਂ। ਅਤੇ ਕੰਨੇ ਰਸਤੇ 'ਚ ਨਾ ਬੜੇ ਨਿੱਕੇ ਨਿੱਕੇ ਕਾਰੋਬਾਰੀ ਵੀ ਜਿਹੜੇ ਨਾ ਉਹ ਤੁਸੀਂ ਲੱਭਦੇ, ਜਿਹੜੇ ਫਰੂਟਿਆਂ ਦੀ ਰੇੜੀਆਂ ਲਾਏ ਰਹੀ ਹੁੰਦੀਆਂ, ਜਿਹੜੇ ਕੁਲਚੇ ਵਾਲੇ ਖਲੋਤੇ ਦੇ ਨੇ, ਗੋਲ ਗੱਪੇ ਵਾਲੇ ਖਲੋਤੇ ਦੇ ਨੇ, ਹੋਰ ਵੀ ਬਥੇਰੇ ਨਿੱਕੇ ਨਿੱਕੇ ਕਾਰੋਬਾਰੀ ਲੋਕ ਨੇ, ਇਹਦੇ ਕੋਲ ਵੀ ਜਾਈਏ, ਚਾਰ ਪੈਸੇ ਖਰਚ ਲਾਇਓ, ਕਿਉਂਕਿ ਜੇ ਅਸ ਆਪਣੇ ਚਾਰ ਪੈਸੇ ਇਹਨੇ ਕੀ ਦੇਗੇ ਤਾਂ ਇਹਦਾ ਘਰ ਜਿਹੜਾ ਔਰ ਇਹਦੇ ਘਰ ਦੇ ਬੱਚੇ ਜਿਹੜੇ ਨੇ ਉਹ ਉੱਥੋਂ ਅੱਗੇ ਪੜ੍ਹਾਈਆਂ ਵੀ ਕਰਦੇ ਨੇ, ਤਾਂ ਉੱਥੋਂ ਅੱਗੇ ਰੋਜ਼ੀ ਰੋਟੀ ਜਿਹੜੀ ਆ ਉਹਦੀ ਚੱਲਦੀ ਹੈ। ਆਖਰੀ 'ਚ ਖਾਲੀ ਨਾ ਆਖਗੀ, ਘਰੇ ਲਾਓ ਔਰ ਤਾਲੇ, ਬੈਗ ਆਪਣਾ ਬੰਨੀ ਲਾਓ ਅਤੇ ਨਿਕਲੋ ਕਿਸੇ ਪਹਾੜੀ ਵਾਲੀ ਵੱਖੀ।